ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਇਹ ਹੈ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ ਦਸਵੀਂ ਸ਼੍ਰੇਣੀ ਦਾ ਅਭਿਆਸ ਚੱਲ ਰਿਹਾ ਜੀ। ਅਭਿਆਸ ਸ਼ੀਟਸ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ। ਬੜੇ ਹੀ ਮਹੱਤਵਪੂਰਨ ਪ੍ਰਸ਼ਨ ਨੇ, ਇੱਕ ਇੱਕ ਨੰਬਰ ਵਾਲੇ, ਜਿਨ੍ਹਾਂ ਦਾ ਤੁਸੀਂ ਘਰ ਬੈਠ ਕੇ ਅਭਿਆਸ ਕਰ ਸਕਦੇ ਹੋ। ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਔਰ ਇਸ ਨੂੰ ਇੱਕ ਨੋਟਸ ਦੀ ਤਰ੍ਹਾਂ ਤੁਸੀਂ ਆਪਣੀ ਕਾਪੀ ਦੇ ਉੱਪਰ ਵੀ, ਫੇਅਰ ਕਾਪੀ ਉੱਪਰ ਵੀ ਤਿਆਰ ਕਰ ਸਕਦੇ ਹੋ। ਸਭ ਤੋਂ ਪਹਿਲਾ ਪ੍ਰਸ਼ਨ ਆ, ਜਿਵੇਂ ਇਸ ਦੇ ਵਿੱਚ ਸੰਸਾਰ ਦਾ ਉਹ ਦੇਸ਼ ਜਿਹੜਾ ਖੇਤਰਫਲ ਅਤੇ ਆਬਾਦੀ ਦੋਹਾਂ ਪੱਖੋਂ ਪੰਜਵੇਂ ਸਥਾਨ 'ਤੇ ਹੈ। ਸੰਸਾਰ ਦਾ ਉਹ ਦੇਸ਼ ਜੋ ਖੇਤਰਫਲ ਅਤੇ ਆਬਾਦੀ ਦੋਨਾਂ ਪੱਖੋਂ ਪੰਜਵੇਂ ਸਥਾਨ 'ਤੇ ਹੈ, ਤਾਂ ਇਸਦਾ ਸਹੀ ਉੱਤਰ ਹੈਗਾ ਜੀ ਈੜੀ, ਬ੍ਰਾਜ਼ੀਲ। ਠੀਕ ਹੈ ਜੀ, ਤਾਂ ਇਹ ਅਸੀਂ ਬ੍ਰਾਜ਼ੀਲ 'ਤੇ ਟਿੱਕ ਕਰ ਲੈਣਾ ਹੈਗਾ, ਇਸਦਾ ਸਹੀ ਉੱਤਰ ਹੋਏਗਾ ਬ੍ਰਾਜ਼ੀਲ। ਪ੍ਰਸ਼ਨ ਨੰਬਰ 2 ਵਿੱਚ ਹੈ, ਭਾਰਤ ਦਾ ਖੇਤਰਫਲ ਧਰਤੀ ਦੇ ਸਥਲ ਭਾਗ ਦਾ ਕਿੰਨੇ ਪ੍ਰਤੀਸ਼ਤ ਭਾਗ ਹੈ? ਧਰਤੀ ਦੇ ਸਥਲ ਭਾਗ ਦਾ ਕਿੰਨੇ ਪ੍ਰਤੀਸ਼ਤ ਭਾਗ ਹੈ? ਸਥਲ ਯਾਨੀ ਕਿ ਥਲ ਭਾਗ ਦਾ ਕਿੰਨੇ ਪ੍ਰਤੀਸ਼ਤ ਜਿਹੜਾ ਭਾਗ ਹੈਗਾ? 2.2 ਪ੍ਰਤੀਸ਼ਤ ਜਿਹੜਾ ਇਹਦੇ ਵਿੱਚੋਂ ਸਹੀ ਆਂਸਰ ਹੈ ਜੀ। ਕੂੜੇ ਵਾਲਾ ਜਿਹੜਾ ਆਂਸਰ ਹੈ ਇਸਦਾ 2.2 ਪ੍ਰਤੀਸ਼ਤ, ਇਹ ਬਿਲਕੁਲ ਸਹੀ ਹੈ, ਅਸੀਂ ਇਸੇ ਟਿੱਕ ਕਰ ਲੈਣਾ ਹੈ ਜੀ। ਭਾਰਤ ਦਾ ਪੂਰਬ ਤੋਂ ਪੱਛਮ ਤੱਕ ਦਾ ਵਿਸਤਾਰ ਦੀ ਲੰਬਾਈ ਕਿੰਨੀ ਹੈ? ਪੂਰਬ ਤੋਂ ਪੱਛਮ ਤੱਕ ਦੀ ਜਿਹੜੀ ਭਾਰਤ ਦੀ ਲੰਬਾਈ ਕਿੰਨੀ ਹੈ ਜੀ? ਇਸ ਦੇ ਵਿੱਚ ਆਪਸ਼ਨ ਤੁਸੀਂ ਨੀਚੇ ਦੇਖ ਰਹੇ ਹੋ, 32-14 ਕਿਲੋਮੀਟਰ ਹੈਗਾ, ਠੀਕ ਹੈ ਜੀ, ਉਸ ਤੋਂ ਬਾਅਦ 29-33 ਕਿਲੋਮੀਟਰ ਹੈਗਾ, 30-35 ਕਿਲੋਮੀਟਰ ਹੈਗਾ, ਤਾਂ ਸਹੀ ਉੱਤਰ ਇਹਦਾ 29-33 ਕਿਲੋਮੀਟਰ ਹੈ, ਜੋ ਪੂਰਬ ਤੋਂ ਪੱਛਮ ਤੱਕ ਜਿਹੜਾ ਭਾਰਤ ਦੇ ਵਿਸਥਾਰ ਲੰਬਾਈ ਹੈ। ਭਾਰਤ ਦਾ ਮਾਨਕ ਸਮਾਂ ਯਾਨੀ ਕਿ ਇੰਡੀਅਨ ਸਟੈਂਡਰਡ ਟਾਈਮ ਕੀ ਹੈ? ਇੰਡੀਅਨ ਸਟੈਂਡਰਡ ਟਾਈਮ ਕੀ ਹੈ? ਤਾਂ ਇਸ ਦੇ ਵਿੱਚ ਜਿਹੜਾ ਸਹੀ ਉੱਤਰ ਰਹੇਗਾ ਪ੍ਰਸ਼ਨ ਨੰਬਰ 4 ਦੇ ਵਿੱਚ, ਤਾਂ ਤੁਸੀਂ ਦੇਖਦੇ ਹੋ 82.5 ਈ ਜਿਹੜਾ ਸਾਡਾ ਇੰਡੀਅਨ ਸਟੈਂਡਰਡ ਟਾਈਮ ਹੈ, ਇਹ ਧਿਆਨ ਨਾਲ ਦੇਖਣਾ, WNSE, ਠੀਕ ਹੈ, ਈਸਟ ਜਿਹੜਾ ਦੱਖਣ, ਇਹ ਜਿਹੜਾ ਭਾਰਤ ਦਾ ਇੰਡੀਅਨ ਸਟੈਂਡਰਡ ਟਾਈਮ ਕੂੜੇ ਵਾਲਾ ਜਿਹੜਾ ਇਹ ਸਹੀ ਆਪਸ਼ਨ ਹੈ ਜੀ, 82.5 ਈ। ਭਾਰਤ ਦੀ ਜ਼ਮੀਨੀ ਸਰਹੱਦ ਕਿੰਨੇ ਗੁਆਂਢੀ ਦੇਸ਼ਾਂ ਨਾਲ ਲੱਗਦੀ ਹੈ? ਬੜਾ ਹੀ ਮਹੱਤਵਪੂਰਨ ਪ੍ਰਸ਼ਨ ਹੈ ਵੀ ਭਾਰਤ ਦੀ ਜਿਹੜੀ ਜ਼ਮੀਨੀ ਸਰਹੱਦ ਆ ਕਿੰਨੇ ਗੁਆਂਢੀ ਦੇਸ਼ਾਂ ਦੇ ਨਾਲ ਲੱਗਦੀ ਹੈ? ਤਾਂ ਇਸਦਾ ਸਹੀ ਉੱਤਰ ਹੈਗਾ ਜੀ, 7 ਗੁਆਂਢੀ ਦੇਸ਼ਾਂ ਦੇ ਨਾਲ ਜਿਹੜੀ ਭਾਰਤ ਦੀ ਜ਼ਮੀਨੀ ਸਰਹੱਦ ਲੱਗਦੀ ਹੈ, ਤਾਂ ਇਸਦਾ ਸਹੀ ਉੱਤਰ ਹੈ 7, ਜਿਹੜਾ ਅਸੀਂ ਇਸ 'ਤੇ ਟਿੱਕ ਕਰ ਦੇਣਾ ਹੈਗਾ। 0° ਦਿਸ਼ਾਂਤਰ ਰੇਖਾ ਸੰਸਾਰ ਦੇ ਕਿਸ ਸ਼ਹਿਰ ਵਿੱਚੋਂ ਗੁਜ਼ਰਦੀ ਹੈ? ਵੀ ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਜੀ, ਵਾਰ ਵਾਰ ਆਉਣ ਵਾਲਾ ਪ੍ਰਸ਼ਨ ਹੈ, ਇਲਾਹਾਬਾਦ, ਕਰਾਂਚੀ, ਗ੍ਰੀਨਵਿਚ ਜਾਂ ਸ਼ਿਕਾਗੋ? ਤਾਂ ਇਸਦਾ ਸਹੀ ਉੱਤਰ ਹੈ ਜੀ ਗ੍ਰੀਨਵਿਚ, ਠੀਕ ਹੈ, ਇਸ ਲਈ ਇਸਨੂੰ ਗ੍ਰੀਨਵਿਚ ਲਾਈਨ ਵੀ ਕਹਿੰਦੇ ਆ, ਠੀਕ ਹੈ, ਗ੍ਰੀਨਵਿਚ ਲਾਈਨ ਵੀ ਬੋਲਿਆ ਜਾਂਦਾ। ਗ੍ਰੀਨਵਿਚ ਜਿਹੜਾ ਸ਼ਹਿਰ ਆ ਉਸ ਦੇ ਵਿੱਚੋਂ ਜਿਹੜੀ 0° ਦਿਸ਼ਾਂਤਰ ਰੇਖਾ ਸੰਸਾਰ ਦੇ ਕਿਸ ਸ਼ਹਿਰ ਵਿੱਚੋਂ ਲੰਘਦੀ ਹੈ? ਤਾਂ ਗ੍ਰੀਨਵਿਚ ਨਾਮ ਦਾ ਜਿਹੜਾ ਸ਼ਹਿਰ ਹੈ ਉੱਥੋਂ ਲੰਘਦੀ ਹੈ। ਪ੍ਰਸ਼ਨ ਨੰਬਰ 7 ਦੇ ਵਿੱਚ ਹੈ, ਕਿਸ ਦੇਸ਼ ਵਿੱਚ ਭਾਰਤ ਦੀ ਸਭ ਤੋਂ ਲੰਬੀ ਯਾਨੀ ਕਿ ਵੱਧ ਅੰਤਰਰਾਸ਼ਟਰੀ ਸਰਹੱਦ ਲੱਗਦੀ ਹੈ? ਕਿਸ ਦੇਸ਼ ਦੇ ਨਾਲ ਭਾਰਤ ਦੀ ਸਭ ਤੋਂ ਵੱਧ ਜਿਹੜੀ ਲੰਬੀ ਸਰਹੱਦ ਲੱਗਦੀ ਹੈ? ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ 7 ਦੇਸ਼ਾਂ ਦੇ ਨਾਲ, ਜਿਹੜੇ ਗੁਆਂਢੀ ਦੇਸ਼ਾਂ ਦੇ ਨਾਲ ਸਾਡੀ ਸਰਹੱਦ ਲੱਗਦੀ ਹੈ, ਤਾਂ ਸਭ ਤੋਂ ਵੱਧ ਕਿਸ ਅੰਤਰਰਾਸ਼ਟਰੀ ਸਰਹੱਦ ਆ ਕਿਸ ਦੇਸ਼ ਦੇ ਨਾਲ ਸਾਂਝੀ ਹੈ ਸਾਡੀ? ਤਾਂ ਇਸ ਦੇ ਵਿੱਚ ਸਹੀ ਉੱਤਰ ਹੈ ਜੀ ਬੰਗਲਾਦੇਸ਼। ਤੁਸੀਂ ਸਾਰਿਆਂ ਨੇ ਮੈਪ ਦੇ ਉੱਪਰ ਦੇਖਿਆ ਹੀ ਹੋਣਾ ਕਿ ਬੰਗਲਾਦੇਸ਼ ਦੇ ਉੱਪਰ ਜਿਹੜੀ ਘੁੰਮਦੀ ਹੋਈ ਰੇਖਾ, ਜਿਹੜੀ ਉੱਪਰ ਤੋਂ ਲੈ ਕੇ ਸਾਰੀ ਉਹ ਮੈਪ ਦੇ ਸੱਜੇ ਹੱਥ, ਤੁਸੀਂ ਸਾਰਿਆਂ ਨੇ ਇਹ ਧਿਆਨ ਰੱਖਿਆ ਹੋਣਾ, ਬੰਗਲਾਦੇਸ਼ ਦੇ ਨਾਲ ਜਿਹੜੀ ਅੰਤਰਰਾਸ਼ਟਰੀ ਸਰਹੱਦ ਸਾਡੀ ਸਭ ਤੋਂ ਵੱਧ ਲੱਗਦੀ ਆ। ਪ੍ਰਸ਼ਨ ਨੰਬਰ 8 ਵਿੱਚ, ਕਿਸ ਦੇਸ਼ ਨਾਲ ਭਾਰਤ ਦੀ ਸਭ ਤੋਂ ਛੋਟੀ ਯਾਨੀ ਕਿ ਘੱਟ ਅੰਤਰਰਾਸ਼ਟਰੀ ਸਰਹੱਦ ਲੱਗੀ ਹੋਈ ਹੈ? ਸਭ ਤੋਂ ਘੱਟ ਯਾਨੀ ਕਿ ਛੋਟੀ ਅੰਤਰਰਾਸ਼ਟਰੀ ਸਰਹੱਦ ਜਿਹੜੀ ਕਿਸ ਦੇਸ਼ ਦੇ ਨਾਲ ਹੈ? ਤਾਂ ਇਸ ਦੇ ਵਿੱਚ ਅਗਰ ਤੁਸੀਂ ਇੰਡੀਆ ਵਰਲਡ ਮੈਪ ਦੇਖਿਆ ਹੋਵੇ, ਤਾਂ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਭ ਤੋਂ ਘੱਟ ਆ ਜਿਹੜੀ ਅਫਗਾਨਿਸਤਾਨ ਹੈ, ਜੋ ਪਾਕਿਸਤਾਨ ਦੇ ਉੱਪਰ ਵਾਲੇ ਪਾਸੇ, ਅਫਗਾਨਿਸਤਾਨ ਖੱਬੇ ਪਾਸੇ ਉੱਪਰ ਨੂੰ ਜਾਈਏ ਤਾਂ ਪਾਕਿਸਤਾਨ, ਪਾਕਿਸਤਾਨ ਤੋਂ ਉੱਪਰ ਅਫਗਾਨਿਸਤਾਨ ਦੇਖੇਗਾ, ਤਾਂ ਥੋੜ੍ਹੀ ਜਿਹੀ ਸਰਹੱਦ ਆ ਜਿਹੜੀ ਉਹ ਸਾਡੇ ਜਿਹੜੀ ਅੰਤਰਰਾਸ਼ਟਰੀ ਸਰਹੱਦ ਆ ਉਹ ਸਾਨੂੰ ਵੀ ਛੁੰਦੀ ਹੈ। ਭਾਰਤ ਦੀ ਸਮੁੰਦਰੀ ਤੱਟ ਰੇਖਾ ਦੀ ਲੰਬਾਈ ਕਿੰਨੀ ਹੈ? ਸਮੁੰਦਰੀ ਤੱਟ ਰੇਖਾ ਦੀ ਲੰਬਾਈ, ਭਾਰਤ ਦੀ ਸਮੁੰਦਰੀ ਤੱਟ ਰੇਖਾ ਦੀ ਲੰਬਾਈ ਕਿੰਨੀ ਹੈ? 75-16 ਕਿਲੋਮੀਟਰ ਜਿਹੜੀ ਭਾਰਤ ਦੀ ਸਮੁੰਦਰੀ ਤੱਟ ਰੇਖਾ ਦੀ ਲੰਬਾਈ ਹੈ, ਤਾਂ ਇਸਦਾ ਸਹੀ ਉੱਤਰ ਆਏਗਾ ਜੀ 75-16 ਕਿਲੋਮੀਟਰ, ਐਡਾ ਜਿਹੜਾ ਇਸਦਾ ਸਹੀ ਉੱਤਰ ਹੈ ਜੀ। ਪ੍ਰਸ਼ਨ ਨੰਬਰ 10 ਹੈ ਜੀ, ਭਾਰਤ ਦੇ ਕਿੰਨੇ ਰਾਜ ਜਿਹੜੇ ਕੌਮਾਂਤਰੀ ਸਰਹੱਦ ਨਾਲ ਲੱਗਦੇ? ਹੁਣ ਰਾਜ ਦੀ ਗੱਲ ਕੀਤੀ ਹੈ, ਭਾਰਤ ਦੇ ਕਿੰਨੇ ਰਾਜ ਜਿਹੜੇ ਕੌਮਾਂਤਰੀ ਸਰਹੱਦ ਨਾਲ ਯਾਨੀ ਕਿ ਕੌਮੀ ਅੰਤਰਰਾਸ਼ਟਰੀ ਸਰਹੱਦਾਂ ਦੇ ਨਾਲ ਸਰਹੱਦ ਨਾਲ ਲੱਗਦੇ ਹਨ? ਤਾਂ ਇਸ ਦੇ ਵਿੱਚ ਭਾਰਤ ਦੇ ਕਿੰਨੇ ਰਾਜ ਹਨ? ਤਾਂ ਇਹ ਸਹੀ ਉੱਤਰ ਹੈਗਾ ਜੀ 17 ਜਿਹੜੇ ਕੁੱਲ ਰਾਜ ਆ ਜਿਹੜੇ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ, ਤਾਂ ED ਇਸਦਾ ਜਿਹੜਾ ਸਹੀ ਆਂਸਰ ਹੈ ਜੀ। ਭਾਰਤ ਦੇ ਪੱਛਮੀ ਹਿੱਸੇ ਵਿੱਚ ਕਿਹੜਾ ਵਿਸ਼ਾਲ ਮਾਰੂਥਲ ਸਥਿਤ ਹੈ? ਪੱਛਮੀ ਹਿੱਸੇ ਦੇ ਵਿੱਚ ਕਿਹੜਾ ਵਿਸ਼ਾਲ ਮਾਰੂਥਲ ਸਥਿਤ ਹੈ ਭਾਰਤ ਦੇ? ਪ੍ਰਸ਼ਨ ਨੰਬਰ 11 ਹੈ ਜੀ ਸਾਡਾ ਇਹ ਪ੍ਰਸ਼ਨ, ਇਸਦਾ ਸਹੀ ਉੱਤਰ ਜੀ ਥਾਰ ਮਾਰੂਥਲ, ਠੀਕ ਹੈ, ਪੱਛਮੀ ਹਿੱਸੇ ਦੇ ਵਿੱਚ ਥਾਰ ਮਾਰੂਥਲ ਜਿਹੜਾ ਸਥਿਤ ਹੈ। ਭਾਰਤ ਦੇ ਕਿਸ ਰਾਜ ਵਿੱਚ ਔਰਤਾਂ ਦੀ ਸਾਖਰਤਾ ਦਰ ਸਭ ਤੋਂ ਵੱਧ ਹੈ? ਪੰਜਾਬ, ਗੁਜਰਾਤ, ਕੇਰਲ ਜਾਂ ਸਿੱਕਮ? ਦਾ ਸਹੀ ਉੱਤਰ ਰਹੇਗਾ ਜੀ ED, ਕੇਰਲ ਦੇ ਵਿੱਚ ਜਿਹੜੀ ਔਰਤਾਂ ਦੀ ਸਾਖਰਤਾ ਦਰ ਸਭ ਤੋਂ ਵੱਧ ਹੈ। ਹੇਠ ਲਿਖਿਆਂ ਵਿੱਚੋਂ ਭਾਰਤ ਦਾ ਜਵਾਨ ਪਹਾੜ ਕਿਹੜਾ ਹੈ? ਅਰਾਵਲੀ, ਵਿੰਧਿਆਂਚਲ, ਸਤਪੁੜਾ ਜਾਂ ਹਿਮਾਲਿਆ? ਤਾਂ ਇਸਦਾ ਸਹੀ ਉੱਤਰ ਰਹੇਗਾ ਜੀ ਹਿਮਾਲਿਆ, ਹਿਮਾਲਿਆ, ਕਿਉਂਕਿ ਜਵਾਨ
हिमालय है तो ये जमाण पर्वतों के आ जाता अरावली विंध्याचल सतपुड़ा जोड़े ये सारे प्राचीन जोड़े पर्वत आ पुराने पर्वतों के आते हैं। रावी जहलम और चनाब किस दरिया दिया सहायक नदियां हैं? रावी जहलम और चनाब किस दरिया दिया सहायक नदियां हैं? तो इसका सही उत्तर है जी सिंध। असं सारे देखते होंगे पंजाब का जब भी कदम मैप देखो तो 1947 तो पहला तो सारिया सिंध के निकल के नदियाँ पंजाब दे विच दाखल हुंदियां सी। भारत के किस राज विच जंगलां हेठ प्रेशर रकबा सब तो वध है? किस राज दे विच जंगलां हेठ जिहड़ा रकबा सब तो वध है? तो इसका सही उत्तर है त्रिपुरा। त्रिपुरा जिहड़ा राज है त्रिपुरा उसके विच जिहड़ा जंगलां हेठ रकबा वह सब तो वध है, तो ऐड़ा इसका सही उत्तर आएगा जी। प्रश्न नंबर 16 लास्ट प्रश्न है जी, कैलाश पर्वत लड़ी किस श्रेणी में आती है? कैलाश पर्वत लड़ी है जी वलदार पर्वत श्रेणी के आती है। ठीक है जी, ये सन साढ़े अज के 16 प्रश्न, इन्होंने तुम अपनी कॉपी के उपर नोट कर सकते हो, इस बार बार सुन के तुहाडा अभ्यास हो सकता है, याद कर सकते हो। तुहाडा सारिआं दा बहुत बहुत धन्यवाद। वीडियो नूं अगे तों अगे शेयर जरूर करना, चैनल नूं सबसक्राइब करो ताकि आने वाला हरेक वीडियो तुहाडे तक आसानी नाल पहुँचता रहे। बहुत बहुत धन्यवाद।